ਵਟਸਐਪ ਉਹ ਤੁਸੀਂ ਗੱਲ ਸੁਣਾਓ, ਜਿਹੜੇ ਮੂੰਹ ਨਾਲ ਸਾਈਕਲ ਚੁੱਕੇ ਵੱਡੇ ਮੂੰਹ ਨਾਲ ਉਹ ਮੈਨੂੰ ਨਾ ਸਾਡੇ ਮੁਹੱਲੇ ਦੇ ਸਾਡਾ ਕਿੰਮੀ ਆ ਦਲਾਲ ਸ਼ਾਹ ਦਾ ਮਾਮਾ, ਉਹਨੇ ਕਿਹਾ ਬਾਈ ਜਿਹੜਾ ਸਾਈਕਲ ਚੁੱਕੇਗਾ ਖੀਰ ਦੀ ਪਲੇਟ ਅਤੇ ਨਾਲ ਲੱਸੀ ਨੂੰ ਪਿਆਵਾਂਗਾ 10 ਕਿਲੋ ਦੇ ਦੁੱਧ ਦਹੀਂ ਦੇ, ਠੀਕ ਹੈ ਚੁੱਕ ਲੈਂਦੇ ਹਾਂ। ਪਹਿਲਾਂ ਮੈਂ ਹੁਣ ਚੁੱਕ ਕੇ ਵਹਾ ਕਿਵੇਂ ਚੁੱਕਣਾ? ਉਹਨੇ ਬਾਬਾ ਜੀ ਦੰਦ ਕੱਪੜਾ ਲਿਆਂਦਾ, ਰੁਮਾਲ ਨਿਕਾਲਾ, ਉਸਨੇ ਉਹ ਉਸਕੇ ਪਿਛਲੇ ਸਟੈਂਡ ਪਰ ਡਾਲਾ, ਐਸੇ ਦੰਦ ਉਹ ਉਸਨੇ ਸਾਈਕਲ ਉਠਾ ਲਿਆ। ਮੈਂ ਕਿਹਾ ਭੈਣ ਭਾਈ ਅੱਛਾ ਹੈ ਭਾਈ, ਮੈਨੇ ਕਿਹਾ ਮੈਂ ਵੀ ਉਠਾ ਲੂੰਗਾ। ਮੈਨੇ ਉਠਾਇਆ, ਮੈਨੇ ਕਿਹਾ ਉਠਾਇਆ ਉਹਨੂੰ ਇੰਝ ਕੱਪੜਾ ਛੱਪੜਾ ਪਾਇਆ, ਮੈਂ ਚੁੱਕਿਆ ਤੇ ਚੁੱਕਿਆ ਨਾ ਜਾਵੇ, ਬੜਾ ਵਾਧਾ ਹੋਇਆ। ਮੈਂ ਕਿਹਾ ਮੈਂ ਪੁੱਛਿਆ ਮੈਂ ਕਿ ਟਕਨੀਕ ਕੀ ਹੈ? ਉਹਨੇ ਫਿਰ ਮੈਨੂੰ ਸਾਰਿਆਂ ਤੋਂ ਚੋਰੀ ਹੋ ਕੇ ਟਕਨੀਕ ਦੱਸੀ, ਉਹ ਟਕਨੀਕ ਤੁਹਾਨੂੰ ਮੈਂ ਕਿਸੇ ਨੂੰ ਦੱਸਣਾ। ਖੈਰ ਉਹ ਮੈਂ ਨਾ ਕੁਛ ਦੇਰ ਬਾਅਦ ਨਾ ਅਤੇ ਮੇਰੇ ਆਪਣੇ ਘਰ ਦੇ ਹਮਾਮ ਸੀ, ਮੈਂ ਉਹਨੇ ਕਿਹਾ ਲਿਓ ਜੀ ਮੈਨੂੰ ਕੋਕ ਦੀ ਬੋਤਲ ਪਿਆਓ। ਉਹਨੇ ਬਹਿ ਐਡਾ ਤੂੰ ਹੈ, ਤੈਨੂੰ ਕੋਕ ਦੀ ਬੋਤਲ ਪਈ, ਐਡਾ ਸਾਡੇ ਮਾਮੇ ਦਾ ਪੁੱਤਰ ਤੂੰ। ਮੈਂ ਯਾਰ ਤੁਹਾਨੂੰ ਮੈਂ ਕਰਤੱਵ ਕਰਕੇ ਵਹਾਵਾਂਗਾ, ਹੱਕ ਲਾਲ ਦੀ ਬੋਤਲ ਪੀਵਾਂਗਾ, ਤੁਸੀਂ ਮੈਨੂੰ ਪਿਆਓ ਬੋਤਲ। ਉਹਨੇ ਕਿਹਾ ਕੀ ਕਰਨਾ ਜੀ ਕਰਤੱਵ ਦਾ ਸਾਨੂੰ? ਮੈਂ ਦੰਦਾਂ ਨਾਲ ਸਾਈਕਲ ਚੁੱਕਾਂਗਾ। ਉਹਨੇ ਕਿਹਾ ਠੀਕ ਹੈ, ਲੱਗ ਗਈ ਸ਼ਰਤ ਸੀ। ਉਹਨੇ ਨਾਲ ਹੀ ਸਾਹਮਣੇ ਅਖਬਾਰਾਂ ਦਾ ਸੀ ਅਠਵਾਰ, ਉਹਦਾ ਸੀ ਸਾਈਕਲ ਪਿੱਛੋਂ ਪਤਾ ਉਹ ਅਖਬਾਰਾਂ ਰੱਖ ਕੇ ਵੱਡਾ ਸਟੈਂਡ ਹੀ ਹੁੰਦਾ ਹੁੰਦਾ ਪਿੱਛੇ, ਉਹ ਸੀ ਸਟੀਲ ਦਾ। ਅੱਗੋਂ ਹੁਣ ਕੱਪੜਾ ਲੱਭਾ ਤਾਂ ਬਈ ਕੱਪੜਾ ਲਿਆਓ ਜੀ, ਕੱਪੜਾ ਲਿਆਓ। ਕੱਪੜਾ ਕਿਹੜਾ ਦਿੱਤਾ? ਜਿਹੜਾ ਨਾਈ ਕੱਪੜਾ ਨਹੀਂ ਪਾਉਂਦੇ ਪਹਿਲਾਂ ਸ਼ੂਟ ਦਾ ਉੱਤੇ, ਜਿਹੜਾ ਕਟਿੰਗ ਕਰਨ ਵਾਸਤੇ, ਉਸ ਬਗੈਰ ਉਹ ਦੇਤਾ ਕੱਪੜਾ ਪਹਿਲਾਂ ਸ਼ੂਟ ਦਾ। ਉਹ ਮੈਂ ਬੈਠਾ ਥੱਲੇ, ਅੱਗੋਂ ਸਾਈਕਲ ਦਾ ਮੂੰਹ ਚੁੱਕਿਆ, ਦੰਦ ਚੁੱਕ ਲਿਆ ਮੈਂ ਤਾਂ। ਮੈਂ ਤਾੜੀ ਐਨ ਮੈਂ ਸਾਰਾ ਕਰਾਂ ਤਾੜੀਆਂ ਮਾਰੋ, ਸਾਰੇ ਬੜੇ ਰਾਤ ਦੀ ਗਈ, ਸਾਈਕਲ ਚੁੱਕ ਲਿਆ ਮੈਂ। ਚੁੱਕਿਆ ਕਹਿੰਦਾ ਸਾਈਕਲ ਨੂੰ ਪਿੱਛੋਂ ਹੱਥ ਮੈਂ ਥੱਲੇ ਕਰ ਕੇ ਨਾ ਅਗਲਾ ਟਾਇਰ ਵੀਲ ਚੁੱਕ ਕੇ, ਅੱਛਾ ਇੰਜ ਚੁੱਕਿਆ ਐਂਡ ਸਿੱਧਾ ਉੱਤਰ ਚੁੱਕ ਲਿਆ, ਚੁੱਕ ਛੜਿਆ ਉਹ ਟਕਨੀਕ ਇੱਕ ਟਕਨੀਕ। ਫਿਰ ਉਹ ਮੈਂ ਚੁੱਕ ਲਿਆ ਚੁੱਕ ਲਿਆ, ਜਦੋਂ ਮੈਂ ਤਾੜੀਆਂ ਮਰਾਵਾਂ ਪਿਆ ਨਾ ਮੈਂ ਥੱਲੇ ਰੱਖਣ ਲੱਗਾ, ਉਹ ਪਲੇਰੋ ਸਲਿਪ ਕਰ ਗਿਆ। ਇਹ ਵੀ ਟਕਨੀਕ ਸੀ, ਕੜਕ ਦੀ ਆਵਾਜ਼ ਆਈ ਹੈ, ਸਾਈਕਲ ਥੱਲੇ ਪਹਿਲੋਂ ਡਿੱਗਾ, ਪਹਿਲੋਂ ਖੂਨ ਦੇ ਫੁਹਾਰੇ ਨਿਕਲੇ ਨੇ ਬਾਹਰ, ਦੰਦ ਕਰੇ ਐਂਡ ਨਾ ਦੰਦ ਐਂਡ ਥੱਲੇ ਆ ਗਿਆ, ਐਂਡ ਬਲਕਿ ਸਿੱਧੇ ਹੋ ਗਿਆ ਨਾ, ਨਹੀਂ ਥੱਲੇ ਆ ਗਏ, ਥੱਲੇ ਲੰਮਾ ਗਿਆ ਐਂਡ ਚਾਰੇ ਦੰਦ ਸਾਹਮਣੇ ਮੇਰੇ ਲੰਮਾ ਗਏ ਥੱਲੇ, ਮੇਰਾ ਮੂੰਹ ਇੰਨਾ ਬੰਦ ਹੋ ਗਿਆ, ਮੈਂ ਮੂੰਹ ਬੰਦ ਕੀਤਾ, ਮੇਰੇ ਨੱਕਾਂ 'ਚ ਖੂਨ ਆ ਗਿਆ ਬਾਹਰ, ਇਹਨੇ ਤਾਂ ਮੂੰਹ ਭਰਿਆ ਗਿਆ ਖੂਨ ਦਾ, ਕੋਕ ਦੀ ਬੋਤਲ ਪੀ, ਉੱਤੋਂ ਕੋਕ ਦੀ ਬੋਤਲ ਪੀਂਦਾ। ਉਹ ਨਾ ਮੇਰਾ ਉਹ ਬਾਬਾ ਜੀ ਖੂਨ ਨਾ ਰੁਕੇ, ਬੜਾ ਕੋਸ਼ਿਸ਼ ਕੀਤੀ ਫਿਰ ਯਾਰ, ਉਹ ਗੱਲਾਂ ਤੇਰੀਆਂ ਸਾਰੀਆਂ ਉਹ ਤੇਰੇ ਗੱਲ ਕਿੰਜਾ ਕਿੰਜਾ ਚੜੇਲਾਰ ਦੰਦ ਸਿੱਧੇ ਹੋ ਗਏ। ਫਿਰ ਕੀ ਹੋਇਆ? ਡਾਕਟਰ ਅਕਰਮ ਕੋਲ ਲੈ ਗਏ ਮੈਨੂੰ, ਉੱਥੇ ਡਾਕਟਰ ਅਕਰਮ ਮਿਲਿਆ ਨਾ, ਡਾਕਟਰ ਨਈਮ ਕੋਲ ਟੁਰ ਗਏ, ਉਹ ਸਾਡਾ ਸਾਈਨ ਲੋਕ ਡਾਕਟਰ ਆ ਬੀਬੀਐਸ, ਲੇਕਿਨ ਸਾਈਨ ਲੋਕ ਜਾਵਾ ਫਿਰ ਤੇ ਉਹਨੇ ਨਾ ਜਿਹੜਾ ਜੀ ਬੈਟਰੀ ਮਾਰ ਗਏ, ਗੁਣ 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 ਬੜਾ ਹੁੰਦਾ ਸੀ, ਉਹਦੀ ਡਾਇਲਾਗ ਸੀ ਗੁਣ ਗੁਣ, ਗੁਣ ਗੁਣ ਨਾਲ ਲੜਾਈ ਹੋਈ ਗਈ, ਮੈਂ ਕਿਵੇਂ ਲੜਾਈ ਮੁੱਕਾ ਵੱਜਾ ਵੇ, ਮੈਂ ਡਾਕਟਰ ਸਾਹਿਬ ਮੁੱਕਾ ਅੰਦਰੋਂ ਵੱਜਾ ਬਾਹਰੋਂ ਵੱਜਾ, ਦੰਦ ਬਾਹਰ ਆਇਆ ਤੇ ਮੁੱਕਾ ਅੰਦਰੋਂ, ਕਿਸੇ ਨੇ ਮਾਰਿਆ ਮੈਨੂੰ ਤੇ ਦੰਦ ਜਿਹੜਾ ਬਾਹਰ ਲੰਮੇ ਗਏ ਨੇ, ਨਹੀਂ 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 ਤੁਸੀਂ ਵੱਡੇ ਸਿਵਲ ਹਸਪੀਟਲ ਲੈ ਜਾਓ, ਮੁੱਕੇ ਉਹ ਆਇਆ ਮੁੱਕਾ ਅੰਦਰੋਂ ਵੱਜਾ, ਡੈਂਪਰ ਡੁੰਪ ਪਾਇਆ ਨਾ ਵਿੱਚ, ਖਾ ਜਿੰਨਾ ਖਾਏਗਾ ਤਾਂ ਮਸੂੜੇ ਉੱਗਣਗੇ, ਉਹ ਮੇਰਾ ਮੂੰਹ ਉਹ ਪੁਰਾਣੇ ਮੈਂ ਗਲਤ ਨਾ ਨੀ ਲੈ ਸਕਦਾ, ਉਹ ਅਸੀਂ ਸੋਚ ਗਏ ਬਾਂਦਰ ਕਹਿਣ ਲੱਗਾ ਹੈ, ਬਾਂਦਰ ਦੇ ਮੂੰਹ ਹਰ ਦੁੱਖ ਰਹੇਗਾ ਮੈਨੂੰ ਤੇਰਾ ਬਚਪਨ ਦਾ ਯਾਰ ਛੋਟੇ ਹੁੰਦਾ।